ਸਲੋਕ ਮਹੱਲਾ ਤੀਜਾ ਗੁਰਮੁਖੇ ਸੰਸਾਰੂਲ ਨ ਹੋਈ ਚਿੰਤਾ ਵਿਚੋਂ ਜਾਏ ਜੋ ਕਿਛ ਹੋਏ ਸੋ ਸਹਿਜ ਹੋ ਕਿਸ਼ੂ ਨਾ ਦਾ ਗੁਰਮੁਖ ਸੰਸਾਰ ਨੂੰ ਨਹੋ ਬਈ ਚਿੰਤਾ ਵਿੱਚੋਂ ਜਾਏ ਜੋ ਕਿਛ ਹੋਏ ਸੋ ਸਹਜੇ ਹੋਏ ਕਹਿਣਾ ਕਿਸ਼ੂ ਨਾ ਦਾ ਨਾਨਕ ਤਿਨ ਕਾ ਆਖਿਆ ਆਪ ਸੁਨੇ ਜਿਨ ਲਈਨ ਪੰਨੇ ਪਾਏ ਮਹੱਲਾ ਤੀਜ ਕਲ ਮਾਰ ਮਨ ਸਾਹਮਣੇ ਸਮਾਣੀ ਅੰਤਰ ਨਿਰਮਲ ਨਾਉ ਅਨੰਦਿਨ ਜਾਗੈ ਕਦੇ ਨ ਸੋਵੇ ਸਦੀ ਅੰਮ੍ਰਿਤ ਪੀਆ ਮਿੱਠਾ ਬੋਲੇ ਅੰਮ੍ਰਿਤ ਬਾਣੀ ਅਨੰਦਿਨ ਹਰ ਗੁਣ ਗਾਉ ਇਜ ਕਰਵਾ ਸਾ ਸਦਾ ਸਹੋ ਦੇ ਨਾਨਕ ਤਿੰਨ ਬਿਲੇ ਆ ਸੁਖ ਬਾਣੀ ਪੋੜੀ ਹਰ ਤਨ ਰਤਨ ਜਵੇਰੀ ਸੋ ਗੁਰ ਹਰ ਤਨ ਹਰ ਪਾਸੋਂ ਦੇਵਾਇਆ ਜੇ ਕਿਸੈ ਕਿਉਂ ਦਿਸ ਆਵੇ ਤਾ ਕੋਈ ਕਿਉ ਮੰਗਲੇ ਅਕੈ ਕੋਈ ਕਿਉ ਦਿਵਾਏ ਇਹ ਹਰ ਤਨ ਜੋਰ ਕੀਤੇ ਕਿਸ ਨਾਲ ਨਾ ਜਾਏ ਬੰਡਾਇਆ ਜਿਸਨੋ ਸਤਗੁਰ ਨਾਲ ਹਰ ਸਰਦਾ ਲਾਏ ਤਿਸ ਹਰ ਤਨ ਕੀ ਬੰਧ ਹੱਥ ਆਵੇ ਜਿਸਨੋ ਕਰਤ ਤੁਰ ਲਿਖ ਪਾਇ ਇਸ ਹਰ ਤਨ ਕਾ ਕੋਈ ਸਰੀਕ ਨਹੀਂ ਕਿਸ ਕਾ ਖਤ ਨਹੀਂ ਕਿਸਕੇ ਸਿਵ ਬੰਨੈ ਰੋਲ ਨਹੀਂ ਦੇਖੋ ਹਰ ਤਨ ਕੀ ਬਖੀਲੇ ਕਰੇ ਤਿਸ ਕਾ ਮੋ ਘਰ ਚੋ ਪੁੰਡਾ ਵਿੱਚ ਕਾਲਾ ਕਰਾਇਆ ਹਰ ਕੇ ਦਿੱਤੇ ਨਾਲ ਕਿਸੇ ਜੋਰ ਬਖੀਲੀ ਨਾ ਚਲਈ ਦੇਹੋ ਦੇਹੋ ਨਿਤ ਨਿਤ ਚੜੇ ਸਵਾਰਾ ਹਰ ਕੇ ਦਿੱਤੇ ਨਾਲ ਕਿਸੇ ਜੋਰ ਬਖੀਲੀ ਨਾ ਚਲਈ ਦੇਹੋ ਦਿਓ ਨਿਤ ਨਿਤ ਚੜੇ ਸਵਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮ ਜੋ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਵਡਪਾਗੀ ਹੋ ਬਾਲਾ ਪ੍ਰੀਤਮ ਤਨ ਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਸ਼ੋਭਾ ਬਤਸਤਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਬਰ ਤਖ ਦੇ ਬਾਲ ਗਿਆਨ ਦੇ ਸਾਗਰ ਭਗਤੀ ਦੇ Bhandar ਸਾਰੀ ਹੀ ਮਨੁੱਖਤਾ ਦੇ ਸਾਝੇ ਰਹਿਬਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋ ਕੇ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਪਰ ਕੇ ਰਵੀ ਬਾਣੀ ਦੇ ਰਸ ਪੀਨੇ ਕੀਰਤਨ ਆਸਾ ਜੀ ਕੀ ਵਾਰ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੇ ਸੀ ਲੜੀ ਬਾਰ ਸ਼ਬਦ ਆਪ ਜੀਆਂ ਨੇ ਸ਼ਰਵਣ ਕੀਤਾ ਹੈ ਆਓ ਇਸ ਸ਼ਬਦ ਦੀ ਵਿਆਖਿਆ ਵਿਚਾਰ ਸ਼ਰਵਣ ਕਰੀਏ ਵਿਆਖਿਆ ਵਿਚਾਰ ਸ਼ਰਵਣ ਕਰਾ ਰਹੇ ਨੇ ਸਤਕਾਰਯੋਗ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਨਲਵੀ ਉਮਨ ਵਿਰਤियां ਇਕਾਗਰ ਕਰਕੇ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਪਿਆਰ ਨਾਲ ਜੁੜਨਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਨ ਵਾਹਿਗੁਰੂ ਸੋ ਜਬ ਲਾਉ ਨਹੀਂ ਬਾਗ ਲਿਲਾਰ ਉਦਾ ਤਬ ਲਾ ਬ੍ਰਹਮ ਤੇ ਫਿਰ ਤੇ ਬੋਤਾਇਓ कल कोर समुद्र में बूढ़त थे कब मिट है नहीं रे पचुता तत् विचार यह है मथुरा ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਜਪਿ ਉਹ ਜਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਂ ਨ ਗਰਬ ਨ ਆਇਓ ਫਿਰ ਸੰਕਟ ਜੋਂ ਨ ਗਰਬ ਨ ਆਇਓ ਜੁਗ ਹੋ ਜੁਗ ਅਟਲ ਚਰ 76 ਦੇ ਮਾਲਕ ਬਾਣੀ ਕੇ ਬੋਹਿਤ ਸ਼ਬਦ ਗੁਰੂ ਧੰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬਾ ਜੀ ਮਹਾਰਾਜ ਦੀ ਪਾਵਨ ਪਵਿੱਤਰ ਮਕਦਸ ਗੋਦ ਅੰਦਰ ਅਤੀ ਮੀਡੀਆ ਦੇ ਮਾਧਿਅਮ ਰਾਹੀਂ ਦੇ ਚਾ ਵਿਦੇਸ਼ਾਂ ਵਿੱਚ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਬੰਗਲਾ ਸਾਹਿਬ ਤਨ ਸਤਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬਾ ਜੀ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਬਣਨ ਵਾਸਤੇ ਸ਼ਬਦ ਨਾਲ ਸਾਂਝ ਪਾਣ ਲਈ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਵੜ ਪਾਗੇ ਹਾਂ ਗੁਰਦੇਵ ਨੇ ਇਤ ਸਤ ਸੰਗ ਦੀਆਂ ਕੜੀਆਂ ਬਖਸ਼ਿਸ਼ ਕੀਤੀਆਂ ਨੇ ਚੱਲ ਰਹੀ ਲੜੀਵਾਰ ਵਿਚਾਰ ਦੇ ਅਧੀਨ ਗੁਰੂ ਕੇਸਵਾਰਿਆਂ ਪਾਸੋਂ ਦੋ ਸ਼ਲੋਕ ਤੇ ਇੱਕ ਪੌੜੀ ਦਾ ਪਾਠ ਆਪਾਂ ਸਰਵਨ ਕੀਤਾ ਹੈ ਐਵੇਂ ਦਾਪਦਾ ਜਿਵੇਂ ਅੱਜ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬਾ ਜੀ ਮਹਾਰਾਜ ਸੰਸਾਰ ਦੀ ਹਰ ਮੂਲ ਸਮੱਸਿਆ ਦਾ ਸਮਾਧਾਨ ਕਰਕੇ ਹਰ ਜਗਿਆਸੂ ਮਾਤਰ ਦੀ ਝੋਲੀ ਵਿੱਚ ਸਦੀਵੀ ਖੇੜਾ ਸਦੀਵੀ ਆਨੰਦ ਪਾਉਣਾ ਲੋਚ ਦੇ ਨੇ ਇਸ ਤੋਂ ਪਹਿਲਾਂ ਕਿ ਇਹਨਾਂ ਪੰਕਤੀਆਂ ਦੇ ਭਾਵ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਜਿੱਥੇ ਕਿਤੇ ਵੀ ਗੁਰੂ ਸ਼ਬਦ ਨਾਲ ਸਾਜ ਪਾਣ ਹਿੱਤ ਗੁਰੂ ਕਾ ਪਿਆਰਾ ਜੁੜ ਬੈਠਾ ਕੋਈ ਰਸਨਾ ਵਾਂਝੀ ਨਾ ਰਹੇ ਸਾਰੇ ਅਸੀਸ ਦਿਆ ਜੀ ਗੁਰਫਤੇ ਦੀ ਸਾਂਝ ਕਰੋ ਆਖੋ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਵਾਹਿ ਗੁਰੂ ਜੀ ਕੀ ਫਤਿਹ ਸਤ ਗੁਰੂ ਗੁਰੂ ਅਮਰਦਾਸ ਪਾਤਸ਼ਾਹੀ ਜੀ ਮਹਾਰਾਜ ਮੇਰਾਂ ਦੇ ਸਾਈਂ ਪਹਿਲੇ ਸ਼ਲੋਕ ਵਿੱਚ ਜੋ ਕਿਰਪਾ ਕਰ ਰਹੇ ਨੇ ਜੀਵਨ ਦੇ ਵਿੱਚੋਂ ਮੂਲ ਜਿੰਨਾ ਵੀ ਸੰਸਾਰ ਤੋਖਲਾ ਤੇ ਇੰਗਲਿਸ਼ ਟ੍ਰਾਂਸਲੇਟ ਕਰਨ ਵਾਲੇ ਸੱਜਣਾ ਨੇ ਲਫ਼ਜ਼ ਲਿਖਿਆ ਡਾਊਟ ਨਹੀਂ ਰਹੇਗਾ ਮੁੱਕ ਜਾਏਗਾ ਖਤਮ ਹੋ ਜਾਏਗਾ ਮੂਲ ਜਿੰਨਾ ਵੀ ਤੇ ਅਗਲੀ ਅੱਧੀ ਪੰਕਤੀ ਹੈ ਚਿੰਤਾ ਵਿਚੋਂ ਜਾਏ ਅੰਦਰੋਂ ਜਿਹੜੀ ਚਿੰਤਾ ਹੈ ਟੈਨਸ਼ਨ ਹੈ ਜਿਹੜੀ ਉਹ ਖਤਮ ਹੋ ਜਾਏਗੀ ਪਹਿਲੇ ਹਿੱਸੇ ਵਿੱਚ ਲਫਜ਼ ਵਰਤੇ ਹੈ ਮੂਲ ਜਿੰਨਾਂ ਵੀ ਡਾਊਟ ਨਹੀਂ ਰਹੇਗਾ ਸੰਸਾਰ ਨਹੀਂ ਰਹੇਗਾ ਧੋਖਲਾ ਨਹੀਂ ਰਹੇਗਾ ਤੇ ਬਾਕੀ ਹਿੱਸੇ ਵਿੱਚ ਮਾਲਕ ਨੇ ਕਿਰਪਾ ਕੀਤੀ ਹੈ ਚਿੰਤਾ ਖਤਮ ਹੋ ਜਾਏਗੀ ਸਾਧ ਸੰਗਤ ਘਟੋ ਘਟਾ ਆਪਾਂ ਆਪਣੇ ਨਾਲ ਤੇ ਇਮਾਨਦਾਰੀ ਵਰਤ ਹੀ ਸਕਦੇ ਹਾਂ ਮੈਂ ਘਟੋ ਘਟਾ ਅਖਰ ਵਰਤ ਰਿਹਾ ਤੇ ਆਪਣੇ ਆਪ ਨੂੰ ਇਨਸਾਫ ਦੇ ਤਰਾਜੂ ਵਿੱਚ ਰੱਖ ਕੇ ਤੋਲਣ ਦੀ ਕੋਸ਼ਿਸ਼ ਕਰੀਏ ਕਿ ਸੱਚੀ ਸਾਡੇ ਜੀਵਨ ਵਿੱਚੋਂ ਚਿੰਤਾ ਖਤਮ ਹੋ ਗਈ ਏ ਤੋਖਲਾ ਖਤਮ ਹੋ ਗਿਆ ਜੇ ਨਹੀਂ ਹੋਇਆ ਤੇ ਫਿਰ ਉਹਦਾ ਮੂਲ ਕਾਰਨ ਲੱਭਣ ਦੀ ਕੋਸ਼ਿਸ਼ ਕਰੀਏ ਵੀ ਕਿਉਂ ਨਹੀਂ ਹੋਇਆ ਆਮ ਬੰਦਾ ਟੈਨਸ਼ਨ ਕਰੇ ਚਿੰਤਾ ਕਰੇ ਕੋਈ ਦਿੱਕਤ ਵਾਲੀ ਗੱਲ ਥੋੜਾ ਪਰ ਜਿਹੜਾ ਬਚਨ ਇਹ ਪੜਦਾ ਹੋਵੇ ਨਾਨਕ ਚਿੰਤਾ ਮਤ ਕਰੋ ਜੇ ਪੰਕਤੀ ਤੁਹਾਨੂੰ ਚੇਤੇ ਹੈ ਤੁਹਾਡੇ ਜਹਿਨ ਵਿੱਚ ਤੇ ਮੈਂ ਆਸ ਕਰਦਾ ਕਿ ਤੁਸੀਂ ਉਸ ਦਾ ਉਚਾਰਨ ਜ਼ਰੂਰ ਕਰਨ ਦੀ ਕੋਸ਼ਿਸ਼ ਕਰੋ ਇਸ ਤਰ੍ਹਾਂ ਹੁੰਦਾ ਹੈ ਵੀ ਫੇਰ ਜਿਹੜਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਨੂੰ ਜਾਪਦਾ ਹੈ ਵੀ ਉਹ ਤੁਹਾਡੇ ਤਾਈ ਪਹੁੰਚ ਗਿਆ ਹੈ ਆਮ ਬੰਦਾ ਜੇ ਚਿੰਤਾ ਕਰੇ ਕੋਈ ਸਮੱਸਿਆ ਨਹੀਂ ਹੈ ਪਰ ਅਸੀਂ ਉਚਾਰਨ ਕਰੀਏ ਚਿੰਤਾ ਤਾਂ ਕੀ ਕੀਤੀ ਹੈ ਜੇ ਅਨ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥੇਰ ਨਹੀਂ ਕੋਈ ਐਸੇ ਬਚਨ ਵੀ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ ਮੈਂ ਫੇਰ ਉਹ ਪੰਕਤੀ ਮੁਕੰਮਲ ਕਰ ਲਵਾਂ ਨਾਨਕ ਵਿਸ਼ਰਾਮ ਦੇਣਾ ਹੀ ਤੇ ਚਿੰਤਾ ਮਤ ਕਰੋ ਮਹਾਰਾਜ ਅਸੀਂ ਚਿੰਤਾ ਨਾ ਕਰੀਏ ਕੰਮ ਕਰ ਨਾ ਕਰੀਏ ਦਿਹਾੜੀ ਮੁਸ਼ਕਤ ਨਾ ਕਰੀਏ ਤੇ ਅਸੀਂ ਤੇ ਇਸ ਭਰਮ ਦਾ ਭੁਲੇਖੇ ਦਾ ਇਲਿਊਜ਼ਨ ਦਾ ਸ਼ਿਕਾਰ ਆ ਵੀ ਅਸੀਂ ਕਰਨੇ ਆ ਤੇ ਕੁਝ ਵਾਪਰਦਾ ਮੇਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਜੀ ਮਹਾਰਾਜ ਕਹਿਣ ਲੱਗੇ ਬੰਦਾ ਬਸ ਏਸੇ ਭਰਮ ਦੇ ਵਿੱਚ ਭੁਲੇਖੇ ਵਿੱਚ ਹੀ ਪੈ ਗਿਆ ਇਹ ਗੱਲ ਭੁੱਲ ਗਿਆ ਜਦੋਂ ਤੂੰ ਨਹੀਂ ਸੈਂ ਕੀ ਉਦੋਂ ਦੁਨੀਆ ਖਲੋਤੀ ਹੋਈ ਸੀ ਮਾਫੀ ਮੰਗ ਕੇ ਕਹਿਣ ਲੱਗਾ ਕੱਲ ਨੂੰ ਜਦੋਂ ਤੂੰ ਨਹੀਂ ਰਹਿਣਾ ਤੇ ਕੀ ਸੰਸਾਰ ਨੇ ਖਲੋ ਜਾਣਾ ਦੋ ਲਫ਼ਜ਼ ਨੇ ਇੱਕ ਸੰਸਾਰ ਤੇ ਦੂਜਾ ਚਿੰਤਾ ਪੰਕਤੀ ਫੇਰ ਸਰਵਨ ਕਰੋ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬਾ ਜੀ ਮਹਾਰਾਜ ਮੇਹਰਾਂ ਦੇ ਸਾਈਂ ਤਰੁੱਠ ਕੇ ਸਾਡੇ ਤੁਹਾਡੇ ਉੱਤੇ ਅੱਜ ਕਿਰਪਾ ਬਖਸ਼ਿਸ਼ ਕਰ ਰਹੇ ਨੇ ਨਾਨਕ ਚਿੰਤਾ ਮਤ ਕਰੋ ਨਾ ਕਰੋ ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਏ ਹੋਣ ਤਿੰਨਾ ਪੀ ਰੋਜੀ ਦੇ ਉਥੇ ਹੱਟ ਨਾ ਚੱਲਈ ਉਥੇ ਤੇ ਕੋਈ ਦੁਕਾਨ ਨਹੀਂ ਚੱਲਦੀ ਪਾਣੀ ਦੇ ਵਿੱਚ ਤੇ ਕੋਈ ਸ਼ਾਪ ਨਹੀਂ ਨਾ ਲਗਾ ਕੇ ਬੈਠਾ ਹੋਇਆ ਤੇ ਇਹ ਖਿਆਲ ਬਿਲਕੁਲ ਸਪਸ਼ਟ ਨੇ 42 ਲੱਖ ਜੀ ਜਲ ਮੈਂ ਹੋਤੇ ਬੀਠਲ ਪੈਲਾ ਕਾਏ ਕਰੋ ਵੀ ਜਿੰਨੇ ਧਰਤੀ ਤੇ ਉਰੇ ਫਿਰੇ ਜੀਵ ਜੰਤੂ ਸਾਨੂੰ ਨਜ਼ਰ ਆਉਂਦੇ ਨੇ ਬਿਲਕੁਲ ਇਕੁਅਲ ਹੀ ਪਾਣੀ ਦੇ ਵਿੱਚ ਵੀ ਰਹਿੰਦੇ ਨੇ ਨਾ ਕੋ ਕਿਰਤ ਕਰੇ ਨਾ ਹੀ ਉਥੇ ਕੋਈ ਦਿਹਾੜੀ ਢੱਪੇ ਵਾਲੀ ਗੱਲ ਐ ਮਿਹਨਤ ਮਜ਼ਦੂਰੀ ਮੁਸ਼ਕਤ ਵਾਲੀ ਗੱਲ ਐ ਇੱਕ ਗੱਲ ਹੋਰ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਦ੍ਰਿੜ ਕਰਵਾਈ ਕਿ ਸਿੱਖਾ ਇਸ ਗੱਲ ਨੂੰ ਅੰਤਰੀਵ ਤਲ ਉੱਤੇ ਪਰਪਖ ਕਰ ਲਈ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹ ਤਮਰਾ ਖਨਹਾਰੇ ਵੀ ਜਦੋਂ ਹੱਥ ਨਹੀਂ ਸੀ ਪੈਰ ਨਹੀਂ ਸੀ ਰਕਤ ਬੇਨ ਦਾ ਦਾ ਸੁਮੇਲ ਸੀ ਉਦੋਂ ਇਹ ਪੜ ਤੁਹਾਨੂੰ ਸ਼ਾਇਦ ਚੇਤੀ ਹੋਵੇ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ ਮਨੋ ਕਿਉਂ ਵਿਸਾਰੀ ਹੈ ਏਵਡ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਸਚਾਈ ਤੇ ਸਾਦ ਸੰਗਤੀ ਹੈ ਬਤੌਰ ਪ੍ਰਚਾਰਕ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਦੋਂ ਸਮੱਸਿਆਵਾਂ ਦਾ ਐਨਾਲਾਈਸਿਸ ਕਰੀਦਾ ਹੈ ਨਰੀਖਣ ਕਰੀਦਾ ਹੈ ਤੇ ਜਿਹੜੀ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਪਾਵੇਂ ਦੇ ਧਾਰੀ ਗੁਰੂ ਢੰਮ ਦੇ ਰੂਪ ਵਿੱਚ ਹੋਵੇ ਪਾਵੇਂ ਪਤਤ ਪੁਣੇ ਦੀ ਲਹਿਰ ਹੋਵੇ ਪਾਵੇਂ ਨਸ਼ਿਆਂ ਦਾ ਹੜ ਹੋਵੇ ਤੇ ਪਾਵੇਂ ਬਹੁ ਗਿਣਤੀ ਸੱਜਣਾ ਦੁਆਰਾ ਕੀਤੀ ਜਾਣ ਵਾਲੀ ਵਧੀਕੀ ਹੋਵੇ ਇੱਕ ਵਾਰੀ ਸਿਆਣੇ ਮਨੁੱਖ ਨੂੰ ਸੋਚਣ ਵਾਸਤੇ ਮਜਬੂਰ ਕਰਦੀ ਹੈ ਲਾਚਾਰ ਕਰਦੀ ਹੈ ਪਰ ਫੇਰ ਜਦੋਂ ਗੁਰਬਾਣੀ ਦੀ ਓਟ ਲਈਦੀ ਹੈ ਫੇਰ ਮਨ ਨੂੰ ਤਰਵਾਸ ਮਿਲਦਾ ਹੈ ਤੂੰ ਕਾਹੇ ਡੋਲੇ ਪ੍ਰਾਣੀਆਂ ਕਿਹੜੀ ਗੱਲੋਂ ਡਿੱਗੇ ਡੋਲੇ ਖਾਨਾ ਕਿਉਂ ਘਬਰਾਉਣਾ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰੱਖੇਗਾ ਸਿਰਜਨਹਾਰ ਤੇਰੀ ਰਖਿਆ ਕਰਨ ਵਾਲਾ ਉਹ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਜੋ ਇਸ ਸਮੁੱਚੇ ਬ੍ਰਹਿਮੰਡ ਦੇ ਸਿਸਟਮ ਨੂੰ ਕ੍ਰੀਏਟ ਕਰਕੇ ਉਹਨੂੰ ਰਨ ਕਰ ਰਿਹਾ ਹੈ। ਕੇਵਲ ਉਹਨੇ ਬਣਾਇਆ ਨਹੀਂ ਅਪੀਨੇ ਆਪ ਸਾਜੀ ਉਹ ਅਪੀਨੇ ਰਚਿਓ ਨਾਉ ਦੁਈ ਕੁਦਰਤ ਸਾਜੀ ਹੈ ਕਰ ਆਸਨ ਉਹ ਆਸਨ ਲਾ ਕੇ ਬੈਠਾ ਹੋਇਆ ਪਾਸੇ ਤੇ ਨਹੀਂ ਨਾ ਹੋਇਆ। ਉਹ ਵੱਖਰਾ ਤੇ ਨਹੀਂ ਨਾ ਹੋਇਆ। ਕਰ ਆਸਨ ਡਿਟਰੋ ਚਾਉ ਉਹ ਇਸ ਸਾਰੇ ਬ੍ਰਹਿਮੰਡ ਦੀ ਖੇਡ ਨੂੰ ਤੱਕਦਾ ਪਿਆ ਹੈ ਵੇਖਦਾ ਪਿਆ ਹੈ ਫੇਰ ਤੋਖਲਾ ਕਿਹੜੀ ਗੱਲ ਦਾ ਫੇਰ ਸੰਸਾ ਕਿਹੜੀ ਗੱਲ ਦਾ ਫੇਰ ਚਿੰਤਾ ਕਿਹੜੀ ਗੱਲ ਦੀ ਜਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ ਪੰਕਤੀ ਫੇਰ ਸੰਪੂਰਨ ਕਰ ਲਵਈਏ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰਾਖਨ ਹਾਰੇ पावक सागर अथाह लहर में तारो तारण हारे माधो तू ठाकुर सिर मोरा ईहां ऊहां तुहारो तोरा हे अकाल पुरख परिपूरण परमेश्वर ऐते ते ओथे लोक ते परलोक ईहां ते ऊहां जे इस जीव नु कोई प RNA है आसरा है सहारा है ਉਹ ਕੇਵਲ ਤੇ ਕੇਵਲ ਤੁਹਾਡੇ ਨਾਮ ਦਾ ਹੈ ਤੁਹਾਡਾ ਹੈ ਹੁਣ ਮੂਲ ਰੂਪ ਦੇ ਵਿੱਚ ਜਿਹੜਾ ਸਵਾਲ ਹੈ ਮੈਂ ਉਹਦੇ ਤੇ ਆਉਣ ਲੱਗਾ ਚਿੰਤਾ ਵੀ ਖਤਮ ਹੋ ਗਈ ਹੈ ਤੋਖਲਾ ਵੀ ਖਤਮ ਹੋ ਗਿਆ ਤੇ ਸਤਗੁਰੂ ਗੁਰੂ ਗ੍ਰੰਥ ਸਾਹਿਬਾ ਪਾਤਸ਼ਾਹ ਜੀ ਮਹਾਰਾਜ ਕਿਹੜੇ ਸੱਜਣ ਦਾ ਤੇ ਗੁਰਦੇਵ ਨੇ ਅੱਖਰ ਵਰਤਿਆ ਹਰੇਕ ਵਿਅਕਤੀ ਦਾ ਨਹੀਂ ਮਹਾਰਾਜ ਕਿਹਦਾ ਤੋਖਲਾ ਅਤਵੱਜਹ ਦੇਖ ਕੇ ਸਰਵਣ ਕਰਿਆ ਸੀ ਕੀਦੀ ਚਿੰਤਾ ਦੂਰ ਹੋ ਗਈ ਐ ਕਹਿਣ ਲੱਗੇ ਜਿਹੜਾ ਗੁਰੂ ਦੇ ਸਨਮੁਖ ਹੋ ਗਿਆ ਆਖੋ ਪਿਆਰ ਨਾਲ ਸਤਨਾਮ ਜੇ ਤੋਖਲਾ ਬਣਿਆ ਤੇ ਮਾਫੀ ਮੰਗ ਕੇ ਕਹਿਣ ਲੱਗਾ ਅਜੇ ਅਸੀਂ ਸਨਮੁਖ ਨਹੀਂ ਹੋਏ ਅਜੇ ਗੁਰਮੁਖ ਗਾਡੀ ਰਾਹ ਦੇ ਪਾਂਦੀ ਅਸੀਂ ਨਹੀਂ ਬਣੇ ਜੋ ਬਚਨ ਮੇਰੇ ਦਾਤਾਰ ਜੀ ਕਰ ਰਹੇ ਨੇ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਤੇ ਮਹਾਰਾਜ ਜੇ ਕੋਈ ਆਪਣੀ ਮੱਤ ਦਾ ਮਸਤੀਆ ਹੋਇਆ ਆਪਣੀ ਮौज ਦੇ ਵਿੱਚ ਚੱਲੇ ਤੇ ਗੁਰਦੇਵ ਕਹਿਣ ਲੱਗੇ ਫੇਰ ਰਿਸਪਾਂਸਿਬਿਲਟੀ ਜ਼ਿੰਮੇਵਾਰੀ ਵੀ ਤੇਰੀ ਬਣਦੀ ਹੈ ਆਪਣੇ ਬਾਣੇ ਜੋ ਚੱਲੇ ਭਾਈ ਵਿਛੜ ਵਿਛੋੜੇ ਦੇ ਵਿੱਚ ਝੋਟਾ ਖਾਉਂਦਾ ਹੈ ਪਰੇਸ਼ਾਨ ਹੁੰਦਾ ਹੈ ਕਜਲ ਖੁਵਾਰ ਹੁੰਦਾ ਹੈ ਸਿੱਧ ਗੋਸ਼ਟ ਇੱਕ ਐਸੀ ਬਾਣੀ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਅੰਦਰ ਰਾਮਕਲੀ ਰਾਗ ਵਿੱਚ ਦਰਜ ਕੀਤੀ ਗਈ ਹੈ ਜਿਨ ਨੇ ਐਵੇਂ ਜਾਪਦਾ ਹੈ ਵਿਸਵਾਲ ਸਵਾਲ ਹੀ ਨਹੀਂ ਰਹਿਣ ਦਿੱਤਾ ਦੇ ਘਰ ਤੋਂ ਬੇਕਾਰ ਹੋਏ ਸੱਜਣ ਉਹ ਸਵਾਲ ਨਹੀਂ ਸਨ ਕਰ ਰਹੇ ਸਵਾਲ ਕਰਨ ਵਾਲੇ ਵੇਲੇ ਦੇ ਆलम ਫਾਜ਼ਲ ਰਾਜ ਭਾਗ ਦਾ ਤਿਆਗ ਕਰਕੇ ਜੋ ਸੱਚ ਦੀ ਭਾਲ ਵਿੱਚ ਨਿਕਲੇ ਹੋਏ ਸਿੱਧ ਸਨ ਜੋਗੀ ਸਨ ਪੁੱਗੇ ਹੋਏ ਪੀਰ ਸਨ ਉਹ ਕੁਐਸਚਨ ਕਰ ਰਹੇ ਸਨ ਸਵਾਲ ਕੀ ਸੀ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਆਸਾ ਹੱਥ ਕਿਤਾਬ ਕਛ ਜੋ ਅਸੀਂ ਤੁਹਾਨੂੰ ਪੜਿਆ ਸਮਝਿਆ ਜਾਣਿਆ ਉਹਦੇ ਤੋਂ ਲੱਗਦਾ ਵੀ ਤੁਸੀਂ ਕਹਿੰਦੇ ਹੋ ਘਰ ਛੱਡਣ ਦੀ ਲੋੜ ਨਹੀਂ ਜੰਗਲਾਂ 'ਚ ਜਾਣ ਦੀ ਲੋੜ ਨਹੀਂ ਧੂਣੀਆਂ ਤਪਾਨ ਦੀ ਲੋੜ ਨਹੀਂ ਪੁੱਠੇ ਲਟਕਣ ਦੀ ਲੋੜ ਨਹੀਂ ਤੇ ਘਟੋ ਘਾਟ ਇਹ ਤਾਂ ਦੱਸੋ ਫੇਰ ਪਰਮਾਰਥ ਦੇ ਮਾਰਗ ਦਾ ਜਿਹੜਾ ਪੰਧ ਹੀ ਹੈ ਉਹ ਆਪਣੇ ਮੰਜ਼ਲੇ ਮਕਸੂਦ ਤੱਕ ਕਿਵੇਂ ਪਹੁੰਚੇਗਾ ਤੁਹਾਡਾ ਤਰੀਕਾ ਕੀ ਹੈ ਤੁਹਾਡੀ ਆਈਡੀਆਲੋਜੀ ਕੀ ਹੈ ਤੁਹਾਡੀ ਫਿਲਾਸਫੀ ਕੀ ਹੈ ਕਿਸ ਵਿਚਾਰ ਦੇ ਤਲ ਉੱਤੇ ਤੁਸੀਂ ਇਹ ਜੀਵਨ ਦਾ ਪੱਧਰ ਜਿਹੜਾ ਉਹ ਬਤੀਤ ਕਰ ਰਹੇ ਹੋ ਪਹਿਲਾ ਸਵਾਲ ਸੀ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ ਤੁਸੀਂ ਘਰ ਦਾ ਤਿਆਗ ਕਿੰਨਾ ਕਾਰਨਾਂ ਦੇ ਅਧੀਨ ਹੋ ਕੇ ਕੀਤਾ ਸਾਨੂੰ ਕਹਿੰਦੇ ਹੋ ਘਰ ਛੱਡਣ ਦੀ ਲੋੜ ਨਹੀਂ ਆਪ ਆਦ ਹੋ ਗਈ ਛੱਡ ਕੇ ਆਏ ਹੋ ਸਵਾਲ ਤੇ ਬੜਾ ਵਾਜਬ ਹੈ ਨਾ ਵੀ ਅਸੀਂ ਦੂਜੇ ਨੂੰ ਕਹੀਏ ਬੀਠੇਕੇ ਤੇ ਨਹੀਂ ਜਾਣਾ ਤੇ ਆਪ ਉੱਥੇ ਖਲੋਤੇ ਹੋਈਏ ਤੇ ਜਿਹਨੂੰ ਕਿਹਾ ਹੈ ਨਹੀਂ ਜਾਣਾ ਉਹਨੇ ਤੇ ਪੁੱਛਣਾ ਹੈ ਨਾ ਬਾਬਾ ਜੀ ਤੁਸੀਂ ਇੱਥੇ ਕੀ ਕਰਦੇ ਪਏ ਹੋ ਸਿੱਧਾ ਨੂੰ ਮਹਾਰਾਜ ਕਹਿ ਰਹੇ ਨੇ ਵੀਤ ਘਾਰ ਛੱਡਣ ਦੀ ਲੋੜ ਨਹੀਂ ਜੰਗਲਾਂ 'ਚ ਜਾਣ ਦੀ ਲੋੜ ਨਹੀਂ ਗ੍ਰੇ ਤਜ ਬਣ ਖੰਡ ਜਾਈਏ ਚੁਣ ਖਾਈਏ ਕੰਧਾ ਅਜੂ ਬੇਕਾਰ ਨਾ ਛੋੜਈ ਪਾਪੀ ਮਨ ਮੰਦਾ ਕਿਉਂ ਛੂਟੋ ਕੈਸੇ ਤਰੋਂ ਭਵਜਲ ਨਿਧ ਭਾਰੀ ਰਾਖ ਰਾਖ ਮੇਰੇ ਬੀਠੁਲਾ ਜਨ ਚਰਨ ਤੁਮਾਰੀ ਪਰ ਇਹ ਜੀ ਕਿਹੜੀ ਘਟਨਾ ਹੈ ਵੀ ਤੁਸੀਂ ਆਪ ਘਰ ਛੱਡ ਕੇ ਆਏ ਹੋ ਫਿਰ ਤੁਸੀਂ ਕਹਿੰਦੇ ਹੋ ਵੀ ਕਿਸੇ ਭੇਖ ਦੀ ਵੀ ਲੋੜ ਨਹੀਂ ਹੈਗੀ ਤੇ ਆਪ ਤੁਸੀਂ ਉਹ ਵਸਤਰ ਧਾਰਨ ਕੀਤੇ ਹੋਏ ਨੇ ਜੋ ਅਸੀਂ ਪਾਏ ਹੋਏ ਨੇ ਕਿਸ ਕਾਰਨ ਇਹ ਭੇਖ ਨਿਵਾਸੀ ਤੁਸੀਂ ਇਹ ਲਿਬਾਸ ਕਿਉਂ ਧਾਰਨ ਕੀਤਾ ਤੀਜਾ ਸਵਾਲ ਕਿਸ ਵਖਰ ਕੇ ਤੁਮ ਬਣ ਜਾ ਰਹੇ ਤੁਸੀਂ ਕਿਹੜੇ ਸੌਦੇ ਦਾ ਵਪਾਰ ਕਰਨ ਆਏ ਹੋ ਕਿਉਂ ਕਰ ਸਾਥ ਲੰਗਾ ਵੋ ਪਾਰੇ ਜਿਹੜੇ ਤੁਹਾਡੇ ਨਾਲ ਜੁੜੇ ਨੇ ਕਿਉਂ ਦਾ ਮਤਲਬ ਇੱਥੇ ਕਿਵੇਂ ਹੈ ਹਾਓ ਜਿਹੜੇ ਤੁਹਾਡੇ ਨਾਲ ਜੁੜੇ ਨੇ ਉਹ ਕਿਵੇਂ ਭਵ ਸਾਗਰ ਨੂੰ ਪਾਰ ਕਰਨਗੇ ਜਿੰਨੂੰ ਤੁਸੀਂ ਆਪ ਹੀ ਕਹਿੰਦੇ ਹੋ ਦੁਨੀਆ ਸਾਗਰ ਦੁੱਤਰ ਕਹੀ ਐ ਕਿੰਮ ਕਰਪਾਈ ਐ ਪਾਰੋ ਚਰਪਟ ਬੋਲੇ ਔਦੂ ਨਾਨਕ ਦੇਹੋ ਸੱਚਾ ਵਿਚਾਰੋ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹੀ ਮਹਾਰਾਜ ਬੜਾ ਅਹਿਮ ਜਵਾਬ ਦਿੰਦੇ ਨੇ ਕਹਿਣ ਲੱਗੇ ਤੁਹਾਡੇ ਘਰ ਛੱਡ ਕੇ ਆਣ ਦੇ ਵਿੱਚ ਤੇ ਮੇਰੇ ਛੱਡ ਕੇ ਆਉਣ ਦੇ ਵਿੱਚ ਬੜਾ ਵੱਡਾ ਫਰਕ ਹੈ ਕਹਿੰਨ ਲੱਗੇ ਮਹਾਰਾਜ ਉਹ ਕੀ ਫਰਕ ਹੈ ਕਹਿੰਨ ਲੱਗੇ ਕਿ ਜੇਲਰ ਵੀ ਜੇਲ ਦੇ ਵਿੱਚ ਰਹਿੰਦਾ ਹੈ ਤੇ ਕੈਦੀ ਵੀ ਜੇਲ ਦੇ ਵਿੱਚ ਰਹਿੰਦਾ ਹੈ ਜੇਲਰ ਦਾ ਜੇਲ ਦੇ ਵਿੱਚ ਆਉਣਾ ਆਪਣੀ ਜ਼ਿੰਮੇਵਾਰੀ ਨਿਭਾਉਣਾ ਹੈ ਆਪਣੀ ਡਿਊਟੀ ਕਰਨ ਹੈ ਕੈਦੀ ਦਾ ਉਥੇ ਰਹਿਣਾ ਉਹਦੀ ਮਜਬੂਰੀ ਹੈ ਉਹਦੀ ਲਾਚਾਰੀ ਹੈ ਉਹਨੂੰ ਦਿੱਤੇ ਹੋਏ ਗੁਨਾਹ ਦੀ ਸਜ਼ਾ ਹੈ ਉਹਦੇ ਕ੍ਰਾਈਮ ਦੀ ਉਹਨੂੰ ਸਜ਼ਾ ਹੈ ਤੁਹਾਡੇ ਘਰ ਛੱਡ ਕੇ ਆਉਣ ਦੇ ਵਿੱਚ ਤੇ ਮੇਰੇ ਛੱਡ ਕੇ ਆਉਣ ਦੇ ਵਿੱਚ ਵੱਡਾ ਫਰਕ ਏ ਤੁਸੀਂ ਉਹ ਬੰਦੇ ਹੋ ਜਿਹੜੇ ਸਮਾਜਿਕ ਜ਼ਿੰਮੇਵਾਰੀਆਂ ਤੋਂ ਭੱਜੇ ਹੋਏ ਹੋ ਮੈਂ ਉਹ ਆ ਜਿਹੜਾ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਕੇ ਇਸ ਰਾਹ ਦਾ ਪੰਦੀ ਨਾਲ-ਨਾਲ ਬਣਿਆ ਬਾਬਾ ਸ਼੍ਰੀ ਚੰਦ ਬਾਬਾ ਲక్ష్ਮੀ ਦਾਸ ਨੂੰ ਉਹਨਾਂ ਦੀਆਂ ਜਿੰਮੇਵਾਰੀਆਂ ਲਾ ਕੇ ਘਰ ਦੀ ਕਿਸੇ ਵੀ ਜਿੰਮੇਵਾਰੀ ਨੂੰ ਅੱਖੋਂ ਪਰੋਖੇ ਕੀਤੇ ਤੋਂ ਬਗੈਰ ਇਸ ਰਾਹ ਦਾ ਪਾਂਧੀ ਬਣਿਆ ਤੇ ਫਿਰ ਸਵਾਲ ਉੱਥੇ ਖਲੋਤਾ ਹੈ ਵੀ ਤੁਸੀਂ ਆਏ ਕਿਉਂ ਤੇ ਮਹਾਰਾਜ ਕਹਿਣ ਲੱਗੇ ਇਹ ਤੇ ਸੁਭਾਵਕ ਹੈ ਨਾ ਵੀ ਜੇ ਚਿੱਕੜ ਦੇ ਵਿੱਚ ਪਿਆ ਹੋਇਆ ਭਾਂਡਾ ਕੱਢਣਾ ਹੈ ਤੇ ਉੱਥੋਂ ਤੱਕ ਆਪਣੀ ਪਹੁੰਚ ਕਰਨੀ ਪਵੇਗੀ ਮੈਂ ਤੇ ਇਸ ਗੱਲ ਦੇ ਉੱਤੇ ਟਿਰ ਲਾਉਣਾ ਪਿਆ ਜਿਨ੍ਹਾਂ ਕਾਰਨਾ ਕਰਕੇ ਧਿਆਨ ਨਾਲ ਸਰਵਣ ਕਰਿਆ ਜੇ ਜਿਨ੍ਹਾਂ ਕਾਰਨਾ ਕਰਕੇ ਤੁਸੀਂ ਘਰ ਛੱਡ ਕੇ ਆਏ ਹੋ ਜੇ ਉਸ ਸਮੱਸਿਆ ਦਾ ਸਮਾਧਾਨ ਘਰ ਬੈਠਿਆਂ ਹੋ ਜਾਏ ਘਟੋ ਘਟ ਘਰ ਛੱਡਣ ਦੀ ਤੇ ਲੋੜ ਨਹੀਂ ਨਾ ਜੰਗਲਾਂ 'ਚ ਜਾਣ ਦੀ ਧੂਣੀਆਂ ਤਪਾਨ ਦੀ ਤੇ ਲੋੜ ਨਹੀਂ ਨਾ ਤੇ ਮੇਰੇ ਸਤਿਗੁਰੂ ਜਵਾਬ ਦਿੰਦੇ ਨੇ ਪਹਿਲਾ ਜਵਾਬ ਹੈ ਕੁਐਸਚਨ ਫਿਰ ਧਿਆਨ 'ਚ ਰੱਖਿਆ ਜੇ ਕਿਸ ਕਾਰਨ ਗ੍ਰਹਿ ਤਜਿਉ ਉਦਾਸੀ ਕਿਹੜਾ ਕਾਰਨ ਹੈ ਜਿਹਦੇ ਕਰਕੇ ਤੁਸੀਂ ਇਹ ਸਾਰਾ ਕੁਝ ਭੇਖ ਧਾਰਨ ਕੀਤਾ ਭਾਈ ਸਾਹਿਬ ਭਾਈ ਗੁਰਦਾਸ ਜੀ ਬਾਬਾ ਦੇਖੈ ਧਨ ਤਰ ਜਲਤੀ ਸਭ ਪ੍ਰithvi ਦੇਸ ਆਈ ਬਾਜੋਂ ਗੁਰੂ ਗੋਬਾਰ ਹੈ 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 ਕਰਦੀ ਸੁਣੀ ਲੁਕਾਈ ਬਾਬੇ ਭੇਖ ਬਨਾਇਆ ਉਦਾਸੀ ਦੀ रीत चलाई ਇਹ ਕਾਰਨ ਹੈ ਮੇਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਦਾ ਸਿੱਧਾ ਕੋਲ ਚੱਲ ਕੇ ਜਾਣ ਦਾ ਤੇ ਗੱਲ ਦਾ ਸਵਾਦ ਵੀ ਹੈ ਨਾ ਉਹ ਤੂੰ ਨਹੀਂ ਤਪਾ ਕੇ ਬੈਠੇ ਨੇ ਪਿੰਡੇ ਤੇ ਸੁਆਹ ਮਾਲ ਕੇ ਬੈਠੇ ਨੇ ਕੰਨਾਂ 'ਚ ਕੁੰਡਲ ਪਾ ਕੇ ਬੈਠੇ ਨੇ ਤੇ ਮਹਾਰਾਜ ਕਹਿ ਰਹੇ ਨੇ ਮੁੰਡਾ ਸੰਤੋਖ ਚਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਕੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਨਾਮ ਦੀ ਪ੍ਰਾਪਤੀ ਵਾਸਤੇ ਸੰਸਾਰ ਪੱਧਰ ਉਤੇ ਪਪੂਲੈਰਿਟੀ ਦੇ ਵਾਸਤੇ ਮਸਤੀ ਦੇ ਵਿੱਚ ਚੁੰਮਣ ਵਾਲਾ ਸੱਜਣ ਵੀ ਐਵੇਂ ਮਸਤੀ ਆ ਗਈ ਹੋਵੇ ਮਸਤੀ ਆ ਗਈ ਆ ਹੋ ਗਿਆ ਉਹ ਹੋ ਗਿਆ ਕਹਿੰਦਾ ਜਦੋਂ ਮੈਂ ਇਹਨਾਂ ਪੰਕਤੀਆਂ ਦੇ ਅਰਥ ਪੜੇ ਕਿ ਜੇ ਜ਼ਿੰਦਗੀ 'ਚ ਸੰਤੋਖ ਆ ਗਿਆ ਤੇ ਫਿਰ ਮੁੰਦਰਾ ਪਾਣ ਦੀ ਲੋੜ ਨਹੀਂ ਸਦਕੇ ਜਾ ਵੀਏ ਉਹ ਸੱਜਣ ਕਹਿੰਦਾ ਇਹਨਾਂ ਸੁਣ ਕੇ ਹੀ ਮੈਂ ਕੰਨ 'ਚ ਪਾਈਆਂ ਹੋਈਆਂ ਵਾਲੀਆਂ ਲਾ ਕੇ ਛੱਟ ਕੇ ਮਾਰੀਆਂ ਨੇ ਪਰ ਮੈਂ ਕਹਿੰਨਾ ਫਲੈਕਸੀਬਿਲਟੀ ਤੇ ਹੈ ਨਾ ਜੇ ਸੱਚ ਦੀ ਸਮਝ ਪੈ ਗਈ ਏ ਤੇ ਉਹਨੂੰ ਮੰਨਣ ਤੋਂ ਇਨਕਾਰੀ ਨਹੀਂ ਹੋਏ ਗੁਸਤਾਖੀ ਮਾਫ਼ ਸਾਧ ਸੰਗਤ ਉਹਨਾਂ ਜੋਗੀਆਂ ਦਾ ਸਿੱਧਾਂ ਦਾ ਨਾਥਾਂ ਦਾ ਇਹ ਵਿਡੱਪਣ ਹੈ ਸੱਜਣ ਠੱਗ ਦਾ ਇਹ ਵਿਡੱਪਣ ਹੈ ਭੂਮੀਆਂ ਚੋਰ ਦਾ ਕੋਡੇ ਰਾਖਸ਼ ਦਾ ਇਹ ਵਿਡੱਪਣ ਹੈ ਉਹ ਗਲਤੀ ਐਕਸੈਪਟ ਕਰਦੇ ਨੇ ਅੱਜ ਦਾ ਸੱਜਣ ਠੱਗ ਤੇ ਮੱਣ ਨੂੰ ਤਿਆਰ ਨਹੀਂ ਨਾ ਹੈਗਾ ਉਹ ਤੇ ਜਿੰਨੀ ਉਹਦੇ ਵਿੱਚ ਵੀਕਨੈਸ ਹੈ ਓਨੇ ਵਧੇਰੇ ਕੌਨਫੀਡੈਂਸ ਨਾਲ ਅੱਖਾਂ ਵਿੱਚ ਅੱਖਾਂ ਪਾ ਕੇ ਆਪਣੀ ਗੱਲ ਨੂੰ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਆਪਣੇ ਗੁਨਾਹ ਨੂੰ ਛਪਾਨ ਦੀ ਵਜਾਏ ਧਰਮ ਦੀ ਆੜ ਵਿੱਚ ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਇੰਨੀਆਂ ਕੁੱਝੀਆਂ ਦਲੀਲਾਂ ਉਹ ਰੱਖ ਰਿਹਾ ਹੈ ਕਿ ਜਿਹਨੂੰ ਸੁਣ ਕੇ ਮਨੁੱਖ ਹੈਰਾਨ ਹੈ ਤੇ ਸਚਾਈ ਇਹ ਹੈ ਜਦੋਂ ਵੀ ਮਨੁੱਖੀ ਮਨ ਸੱਚ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰੇਗਾ ਉਹ ਇਸ ਗੱਲ ਦਾ ਮੰਥਨ ਕਰੇਗਾ ਜਿਸ ਗੁਰੂ ਨੇ ਪਰਮੇਸ਼ਰ ਦੇ ਪਰਥਾਏ ਮੋਢ ਕਦੀਮਾਂ ਤੋਂ ਲੈ ਕੇ ਅਖੀਰ ਤੱਕ ਇਹ ਬਚਨ ਆਖੇ ਨੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਸ ਗੁਰੂ ਨੇ ਇਹ ਕਿਰਪਾ ਕੀਤੀ ਹੈ ਆਦ ਮੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬਤਰ ਰਮਣੰਗ ਨਾਨਕ ਅਗਨਾਸਨ ਇਜਗਤ ਦੀ ਸ਼ੁਰੈ ਪੇਖਣ ਸੁਣਨ ਸੁਨਾਵਨੋ ਮਨ ਮੈਂ ਦਰੀੜਿਆ ਸਾਚ ਪੂਰ ਰਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਮੇਰੇ ਖਿਆਲ ਸਾਡਾ ਵਿਸ਼ਾ ਮੁਕੰਮਲ ਹੋ ਜਾਏਗਾ ਬੇਨਤੀ ਵੱਲ ਤੇ ਆਂਦੇ ਆ ਜੇ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ ਮੈਂ ਅਜੇ ਜਵਾਬ ਨਹੀਂ ਦੱਸਿਆ ਉਹ ਸਾਡੀ ਪੰਕਤੀ ਨਾਲ ਬੜਾ ਗਹਿਰਾ ਤਾਲੁਕਾਤ ਰੱਖਦਾ ਸਵਾਲ ਹੈ ਗੁਰੂ ਨਾਨਕ ਸਾਹਿਬ ਆਪਾਚਾ ਜੀ ਮਹਾਰਾਜ ਦੇ ਸਨਮੁਖ ਤੁਸੀਂ ਘਰ ਦਾ ਤਿਆਗ ਕਿਉਂ ਕੀਤਾ ਜੇ ਪੰਕਤੀਆਂ ਯਾਦ ਨੇ ਜਰੂਰ ਕਿਰਪਾ ਕਰਿਆ ਜੀ ਤੀਰਥ ਨਾਮਨ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰਾ ਹਉ ਨਾਮ ਹਰਕਾ ਸਦਾ ਜਾਚੋ ਦੇਹ ਪ੍ਰਭ ਤਰਨੀ ਤਰਾ ਸੰਸਾਰ ਰੋਗੀ ਨਾਮ दारू ਮੈਲ ਲਾਗੈ ਸੱਚ ਬਿਨਾ ਮੈਲ ਕਦੋਂ ਲੱਗਦੀ ਏ ਜਦੋਂ ਸੱਚ ਨਹੀਂ ਪੱਲੇਗਾ ਸੱਚ ਤਾਂ ਪਰ ਜਾਣੀ ਐ ਜਾਂ ਰਿਦੈ ਸੱਚਾ ਹੋਏ ਕੂੜ ਕੀ ਮਲ ਉਤਰੈ ਸੱਚ ਤੇ ਕੂੜ ਦਾ ਮਿਲਾਪ ਸੰਭਵ ਨਹੀਂ ਹੈ ਇਹਨੂੰ ਗੁਰੂ ਗ੍ਰੰਥ ਸਾਹਿਬ ਨੇ ਸੰਕੇਤਕ ਰੂਪ ਵਿੱਚ ਆਖਿਆ ਹੈ ਕੋ ਮੈਂ ਨਾਵੇਂ ਨਾਲ ਵਿਰੋਧ ਹੈ ਮਾਨ ਹੈ ਨਾਮ ਨਹੀਂ ਨਾਮ ਹੈ ਮਾਨ ਨਹੀਂ ਨੰਨੇ ਨੂੰ ਕਰਨਾ ਤੇ ਮਮਾ ਉਧਰ ਮਮੇ ਨੂੰ ਕਰਨਾ ਤੇ ਨੰਨਾ ਇਹਨਾਂ ਦੋ ਸੱਚ ਤੇ ਕੂੜ ਦਾ ਅਗਰ ਕੋਈ ਰਾਲਗੱਡ ਕਰਨਾ ਚਾਵੇ ਮਿਲ ਗੋਬਾ ਕਰਨਾ ਚਾਵੇ ਇਹ ਪੋਸੀਬਲ ਨਹੀਂ ਹੈ ਫਿਰ ਇਸ ਪੰਕਤੀ ਵੱਲ ਧਿਆਨ ਦੇ ਆ ਜੇ ਮਹਾਰਾਜ ਕਹਿਣ ਲੱਗੇ ਮੈਂ ਹੈਰਾਨ ਆ ਤੇਰੀ ਇਸ ਸੋਚ ਤੋਂ ਸੱਚ ਪੁਰਾਣਾ ਹੋਵੇ ਨਾਹੀਂ ਸੀਤਾ ਕਦੇ ਨਾ ਪਟੇ ਮੈਂ ਹੈਰਾਨ ਆ ਤੇਰੀ ਸੋਚ ਤੋਂ ਸਾਚ ਨਾ ਲਾਗੇ ਮੈਲ ਜਿਹੜਾ ਸੱਚ ਹੈ ਉਨੋ ਤੇ ਵਿਕਾਰਾਂ ਦੀ ਮਹਿਲ ਨਹੀਂ ਨਾ ਲੱਗ ਸਕਦੀ ਤੇ ਫਿਰ ਮੈਂ ਤੈਨੂੰ ਪੁੱਛਣਾ ਕਿਆ ਮਲ ਧੋਈ ਐ ਤੂੰ ਕਿਨੂੰ ਮਲ ਮਲ ਕੇ ਧੋਣ ਡਿਆ ਸੋਚੇ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਲੱਖਾਂ ਵਰੀ ਵੀ ਤੂੰ ਇਸ ਸਰੀਰ ਨੂੰ ਇਸ਼ਨਾਨ ਕਰਾ ਲ ਇਸ਼ਨਾਨ ਕਰਵਾ ਕੇ ਜੇ ਸੋਚੇ ਮਿਲੈ ਜੇ ਤੀਰਤ ਨਾਤੇ ਆ ਡੱਡਾ ਜਲਵਾਸੀ ਵਾਲ ਭਾਈ ਸਾਤਾ ਭਾਈ ਗੁਰੂ